सीसी टेक diyor SSV Entertainment ਤੁਹਾਡਾ ਆਪਣਾ ਚੈਨਲ ਦੋਸਤੋ ਹੁਣ ਤਾਂ ਸੰਧਾਰਾ ਦੇਣ ਦਾ ਰਵਾਜ ਘਟ ਗਿਆ ਜਾਉ ਕਹ ਲੀਏ ਕਿ ਸੰਧਾਰੇ ਦਾ ਰੂਪ ਬਦਲ ਗਿਆ ਪਹਿਲਾਂ ਪਿੰਡਾਂ 'ਚ ਸੰਧਾਰਿਆਂ ਦਾ ਬਹੁਤ ਵਧੀਆ ਰਵਾਜ ਸੀ ਮਾਪੇ ਆਪਦੀਆਂ ਵਹਿਈਆਂ ਹੋਈਆਂ ਧੀਆਂ ਨੂੰ ਨਾਲੇ ਤਾਂ ਮਿਲ ਆਉਂਦੇ ਸੀ ਨਾਲੇ ਸੰਧਾਰਾ ਦੇ ਆਉਂਦੇ ਸੀ ਕਈ ਵਾਰ ਭਰਾ ਆਪਦੀ ਭੈਣ ਨੂੰ ਸੰਧਾਰਾ ਦੇ ਕੇ ਆਉਂਦੇ ਹੁੰਦੇ ਸੀ ਸੰਧਾਰੇ ਸਾਰੇ ਆਪਦੇ ਹਿਸਾਬ ਨਾਲ ਹੀ ਦਿੰਦੇ ਹੁੰਦੇ ਸੀ ਜਿੰਨਾ ਕੁ ਸਰਦਾ ਸੀ ਪਰ ਬਿਸਕੁਟਾਂ ਦਾ ਪੀਪਾ ਪੱਕਾ ਹੁੰਦਾ ਸੀ ਉਸ ਪੀਪੇ ਤੇ ਖੰਮਣੀ ਬੰਨੀ ਹੋਣੀ ਦੂਰੋਂ ਹੀ ਪਤਾ ਲੱਗ ਜਾਂਦਾ ਸੀ ਕਿ ਕੋਈ ਖੰਮਣੀ ਵਾਲੇ ਪੀਪੇ ਨਾਲ ਤੰਗਿਆਂ ਜਾਂ ਟੈਂਪੂ ਤੋਂ ਉਤਰਿਆ ਇਹ ਪੱਕਾ ਕਿਸੇ ਦਾ ਸੰਧਾਰਾ ਲੈ ਕੇ ਆਇਆ ਕੱਲਾ ਬਿਸਕੁਟਾਂ ਦਾ ਪੀਪਾ ਨਹੀਂ ਹੁੰਦਾ ਸੀ ਨਾਲ ਆਪਦੀ ਧੀ ਨੂੰ ਸੂਟ ਕਈ ਤਾਂ ਧੀ ਦੀ ਸੱਸ ਨੂੰ ਵੀ ਦੇ ਦਿੰਦੇ ਸੀ ਸੂਟ ਜੇ ਘਰ ਚ ਕੁਆਰੀ ਨਣ ਦਾ ਤਾਂ ਉਹਨੂੰ ਵੀ ਸੂਟ ਜਾਂ ਫਿਰ ਕੋਈ ਨਿਸ਼ਾਨੀ ਦੇ ਕੇ ਆਉਂਦੇ ਹੁੰਦੇ ਸੀ ਜਾਨੀ ਸੌਣ ਦਾ ਮਹੀਨਾ ਆਉਣ ਤੋਂ ਪਹਿਲਾਂ ਹੀ ਸੰਧਾਰੇ ਦੀ ਤਿਆਰੀ ਸ਼ੁਰੂ ਹੋ ਜਾਂਦੀ ਸੀ ਘਰ ਦੀਆਂ ਬੁੜੀਆਂ ਸੂਟ ਵਗੈਰਾ ਖਰੀਦਣ ਲੱਗ ਜਾਂਦੀਆਂ ਸੀ ਘਰ ਦਾ ਕੋਈ ਸਿਆਣਾ ਬੰਦਾ ਖੰਡ ਘਿਓ ਦੁੱਧ ਤੇ ਆਟਾ ਪੀਪੇ ਚ ਪਾ ਕੇ ਸਾਈਕਲ ਦੇ ਮਗਰ ਟਿਊਬ ਨਾਲ ਬੰਨ ਕੇ ਬਿਸਕਟਾਂ ਵਾਲੀ ਪੱਠੀ ਤੇ ਜਾ ਕੇ ਲੈਨ ਚ ਵਹਿੰਦਾ ਹੁੰਦਾ ਸੀ ਫੇਰ ਜਦੋਂ ਉਹਦੀ ਵਾਰੀ ਆਉਣੀ ਤਾਂ ਬਿਸਕਟ ਕੱਢਣ ਵਾਲੇ ਬਾਈ ਨੇ ਇੱਕ ਪ੍ਰਾਂਤ ਚ ਸਾਰਾ ਕੁਝ ਪਾ ਕੇ ਉਹਦੀ ਲੇਟੀ ਜੀ ਬਣਾ ਲੈਣੀ ਫੇਰ ਉਹਦੇ ਕੋਲੇ ਇੱਕ ਮਸ਼ੀਨ ਜੀ ਹੁੰਦੀ ਸੀ ਉਹਦੇ ਅਚ ਦੀ ਆਟਾ ਪੀੜ-ਪੀੜ ਕੇ ਗਾਹਾਂ ਕੱਢੀ ਜਾਣਾ ਤੇ ਲੈਨਾਂ ਜੀਆਂ ਪੈ ਪੈ ਕੇ ਆਟੇ ਨੇ ਬਿਸਕੁਟਾਂ ਦੇ ਰੂਪ ਚ ਦੂਜੇ ਪਾਸੇ ਨਿਕਲੀ ਜਾਣਾ ਫੇਰ ਉਹਨੇ ਉਹ ਟ੍ਰੇ ਇੱਕ ਵੱਡੇ ਸਾਰੇ ਖੁਰਚਣੇ ਦੇ ਉੱਤੇ ਰੱਖ ਕੇ ਭਗਦੀ ਅੱਗ ਦੇ ਤੰਦੂਰ ਚ ਰੱਖੀ ਜਾਣੀ ਉਤੋਂ ਗਰਮੀ ਵੀ ਅਤ ਦੀ ਹੋਣੀ ਪਰ ਬਿਸਕੁਟ ਘੜਾਉਣ ਦਾ ਚਾ ਵੀ ਇੰਨਾ ਹੁੰਦਾ ਸੀ ਕਿ ਕਈ ਵਾਰ ਅਸੀਂ ਵੀ ਆਪਣੇ ਭਾਪੇ ਨਾਲ ਸਾਈਕਲ ਦੇ ਮੂਹਰੇ ਡੰਡੇ ਤੇ ਬੈਠ ਕੇ ਚਲੇ ਜਾਣਾ ਭਾਵੇਂ ਬਿਸਕੁਟਾਂ ਦੀ ਦੁਕਾਨ ਤੱਕ ਜਾਂਦੇ ਜਾਂਦੇ ਸਾਡੇ ਚਿੱਤੜ ਦੁਖਣ ਲੱਗ ਜਾਂਦੇ ਸੀ ਉਤੋਂ ਗਰਮੀ ਪਰ ਫੇਰ ਵੀ ਪਤਾ ਨਹੀਂ ਕਿਉਂ ਅਲੱਗ ਹੀ ਨਜ਼ਾਰਾ ਹੁੰਦਾ ਸੀ ਆਪਣੀ ਅੱਖਾਂ ਮੂਰੇ ਤਾਜੇ ਬਿਸਕਟ ਪਕਦੇ ਦੇ ਦੇਖਣ ਦਾ ਫੇਰ ਥੋੜੀ ਦੇਰ ਬਾਅਦ ਉਸੇ ਖੁਰਚਨੇ ਨਾਲ ਭਾਈ ਨੇ ਟਰੇ ਤੰਦੂਰ ਚੋਂ ਕੱਢੀ ਜਾਣੀ ਤੇ ਪੀਪੇ ਚੜੀ ਜਾਣੀ ਤੇ ਉਹਨਾਂ ਨੂੰ ਦੇਖਦੇ-ਦੇਖ ਸਾਡੀਆਂ ਲਾਲਾਂ ਡਿੱਗੀ ਜਾਣੀਆਂ ਤਾਂ ਸਾਡੇ ਹਾਲਾਤ ਦੇਖ ਕੇ ਬਿਸਕਟਾਂ ਵਾਲੇ ਭਾਈ ਨੇ ਕਹਿਣਾ ਆਹ ਰਹਿਣ ਦੇ ਮੂੰਹ ਮਚਾਲੇਗਾ ਉਹ ਮੇਰੇ ਵਾਲੇ ਪੀਪੇ ਚੋਂ ਕੱਢ ਕੇ ਖਾਲਾ ਫਿਰ ਮੈਂ ਤੇ ਮੇਰੇ ਪਾਪੇ ਨੇ ਚਾਈ ਚਾਈ ਘਰ ਆਉਣਾ ਉਦੋਂ ਅਸੀਂ ਇੱਕ ਪੀਪਾ ਬਿਸਕਟਾਂ ਦਾ ਸੰਧਾਰੇ ਵਾਸਤੇ ਤੇ ਇੱਕ ਆਪਦੇ ਘਰ ਵਾਸਤੇ ਵੀ ਘੜਾ ਕੇ ਲਿਆਉਂਦੇ ਹੁੰਦੇ ਸੀ ਜਦੋਂ ਕਿਤੇ 3 ਵਜੇ ਸਕੂਲੋਂ ਆ ਕੇ ਚਾਹ ਨਾਲ ਬਿਸਕਟ ਖਾਣ ਨੂੰ ਪੀਪਾ ਖੋਲਣਾ ਉਹਦੇ ਚ ਇੱਕ ਠੰਡੀ ਜੀ ਹਵਾ ਆਉਂਦੀ ਹੁੰਦੀ ਸੀ ਪਰ ਮੈਂ ਹਲੇ ਤੱਕ ਵੀ ਉਹਦੀ ਸਾਇੰਸ ਨਹੀਂ ਸਮਝ ਸਕਿਆ ਕਿ ਇੰਨੀ ਗਰਮੀ ਦੇ ਮੌਸਮ 'ਚ ਪੀਪੇ 'ਚੋਂ ਠੰਡੀ ਜੀ ਹਵਾ ਕਿਉਂ ਮਹਿਸੂਸ ਹੁੰਦੀ ਸੀ ਪਤਾ ਨਹੀਂ ਮੇਰੇ ਹੀ ਮਨ ਦਾ ਵਹਿਮ ਆ ਪਰ ਜੇ ਤੁਹਾਨੂੰ ਵੀ ਇਦਾਂ ਹੀ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਾਨੀ ਇਦਾਂ ਸੰਧਾਰੇ ਦੀ ਤਿਆਰੀ ਹੁੰਦੀ ਸੀ ਉਧਰ ਦੂਜੇ ਪਾਸੇ ਕੁੜੀਆਂ ਆਪਦੇ ਸਹੁਰੇ ਘਰ ਚ ਸੌਣ ਦਾ ਮਹੀਨਾ ਚੜ੍ਹਦੇ ਸਾਰੀ ਬਿੰਦੇ ਬਿੰਦੇ ਬਹੀਸ ਜਾ ਕੇ ਵਿੜਕਾਂ ਲੈਂਦੀਆਂ ਹੁੰਦੀਆਂ ਸੀ ਕਿਤੇ ਮੇਰਾ ਵੀਰਾ ਤਾਂ ਨਹੀਂ ਆਉਂਦਾ ਜਾਂ ਮੇਰਾ ਪਾਪਾ ਤਾਂ ਨਹੀਂ ਆਉਂਦਾ ਕਾਵਾਂ ਨੂੰ ਕੋਠੇ ਦੇ ਚੂਰੀਆਂ ਪਾਪਾ ਕੇ ਸਦਨਾ ਤਾਂ ਕਿ ਉਹ ਬਨੇਰੇ ਤੇ ਬਹਿ ਕੇ ਬੋਲੇ ਉਦੋਂ ਕਹਿੰਦੇ ਹੁੰਦੇ ਸੀ ਕਿ ਜਿਹਦੇ ਘਰ ਦੇ ਬਨੇਰੇ ਤੇ ਕਾਂ ਬੋਲਦਾ ਉਹਨਾਂ ਦੇ ਪ੍ਰਾਣੇ ਹੋਣਗੇ ਫਿਰ ਕਈ ਜਾਣੀਆ ਸੱਸਾਂ ਨੇ ਕਹਿਣਾ ਕੋਈ ਨਾ ਪੁੱਤ ਹਲੇ ਤਾਂ ਕੱਲ ਸੌਣ ਚੜਿਆ ਕੋਈ ਨਾ ਤੇਰਾ ਸੰਧਾਰਾ ਜ਼ਰੂਰ ਆਊਗਾ ਤੇ ਕੁਝ ਕੁ ਪੱਤੀਆਂ ਸੱਸਾਂ ਨੇ ਮਿਹਣੇ ਵੀ ਮਾਰਨੇ ਫਿਰ ਇੱਕ ਦਿਨ ਬਨੇਰੇ ਤੇ ਕਾਂ ਵੀ ਬੋਲਣਾ ਤੇ ਦਰਾਂ ਮੁਰੇ ਕਿਸੇ ਦੇ ਆਉਣ ਦੀ ਆਹਟ ਵੀ ਸੁਣਨੀ ਜਾਣੀ ਕੋਈ ਨਾ ਕੋਈ ਸੰਧਾਰਾ ਲੈ ਕੇ ਆਪਦੀ ਭੈਣ ਦੇ ਘਰ ਪਹੁੰਚ ਜਾਂਦਾ ਫਿਰ ਉਹਨੂੰ ਖੁਸ਼ੀ ਚ ਸਮਝ ਹੀ ਨਾ ਆਉਣੀ ਕਿ ਮੈਂ ਆਪਦੇ ਭਰਾ ਨੂੰ ਬਿਠਾਵਾਂ ਕਿੱਥੇ ਤੇ ਇਸ ਸਿਚੁਏਸ਼ਨ ਤੇ ਆਪਣੇ ਪੰਜਾਬੀ ਚ ਇੱਕ ਬਹੁਤ ਹੀ ਮਸ਼ਹੂਰ ਲੋਕ ਗੀਤ ਵੀ ਬਣਿਆ ਹੋਇਆ ਉਹ ਆਏ ਆ ਮੇਰੀ ਅਮੜੀ ਦਾ ਜਾਇਆ ਨੀ ਸੰਧਾਰਾ ਲੈ ਕੇ ਆਇਆ ਮੇਰੀ ਅਮੜੀ ਦਾ ਜਾਇਆ ਨੀ ਸੰਧਾਰਾ ਲੈ ਕੇ ਆਇਆ ਸਭ ਆਂਡਣਾ ਗੁਆਂਡਣਾ ਨੂੰ ਸੱਦ ਕੇ ਬਖਾਇਆ ਸਭ ਆਂਡਣਾ ਗੁਆਂਡਣਾ ਨੂੰ ਸੱਦ ਕੇ ਬਖਾਇਆ ਤੇਰੇ ਨਾਮ ਦੀ ਸੁਲੋਤਾ ਸੁਣਦੀ ਮੈਂ ਜਿੱਦ ਰੋਂਦੀ ਲੰਗਾ ਵੀਰ ਨਾ ਤੇਰਾ سونے ਦੀ ਜੰਜੀਰੀ ਵਾਲਾ ਕੁੜਤਾ ਮੈਂ ਕਿਹੜੀ ਕਿਲੀ ਟੰਗਾ ਵੀਰਨਾ ਤੇਰਾ سونے ਦੀ ਜੰਜੀਰੀ ਵਾਲਾ ਕੁੜਤਾ ਮੈਂ ਕਿਹੜੀ ਕਿਲੀ ਟੰਗਾ ਵੀਰਨਾ ਬਾਈ ਯਾਰ ਇਹੋ ਜਿਹੇ ਗੀਤ ਨਹੀਂ ਬਣਦੇ ਹੁਣ ਪਰ ਇਹ ਗੀਤ ਜਦੋਂ ਵੀ ਸੁਣਦੇ ਆ ਤਾਂ ਭੈਣ ਦੇ ਭਰਾ ਦੇ ਪਿਆਰ ਚ ਮੇਰੀਆਂ ਕਈ ਵਾਰ ਅੱਖਾਂ ਮੱਲੋ ਮੱਲੀ ਭਿੱਜ ਜਾਂਦੀਆਂ ਚਲੋ ਹੁਣ ਆਪਾਂ ਗੱਲ ਨੂੰ ਅੱਗੇ ਤੋਰਦੇ ਆ ਫੇਰ ਭਰਾ ਨੇ ਸਾਰੇ ਵੱਡਿਆਂ ਦੇ ਪੈਰੀਂ ਹੱਥ ਲਾ ਕੇ ਸੰਧਾਰੇ ਦਾ ਸਮਾਨ ਦੇ ਕੇ ਹਾਲਚਾਲ ਪੁੱਛਣਾ ਤੇ ਆਪਦਾ ਦੱਸਣਾ ਉਧਰ ਭੈਣ ਨੂੰ ਲੂਰੀਆਂ ਉੱਠੀ ਜਾਣੀਆਂ ਕਿ ਕਦੋਂ ਮੇਰੇ ਭਰਾ ਨੂੰ ਇਹ ਵਿਹਲਾ ਕਰਨ ਤੇ ਇਹਨੂੰ ਮੈਂ ਆਪਦੇ ਕਮਰੇ ਚ ਲੈ ਜਾ ਕੇ ਆਪਦੇ ਦਿਲ ਦੀਆਂ ਗੱਲਾਂ ਆਪਦੀ ਅੰਮਾ ਜੀ ਨਾਲ ਕਰਾਂ ਕਿਉਂਕਿ ਉਦੋਂ ਕਿਹੜਾ ਅੱਜ ਵਾਂਗ ਫੋਨ ਹੁੰਦੇ ਸੀ ਕਿ ਦਿਨ ਚ ਭਾਵੇਂ ਤਿੰਨ ਤਿੰਨ ਚਾਰ ਚਾਰ ਵਾਰੀ ਫੋਨ ਲਾ ਕੇ ਪਿੱਕਿੰਗ ਗੱਲ ਕਰੀ ਜਾਓ ਉਦੋਂ ਤਾਂ ਆਈ ਮਸਾਂ ਸਾਲ ਚ ਮਾਹੀ ਮੇਲਾਗਲਾ ਹੁੰਦਾ ਸੀ ਭੈਣਾ ਭਾਈਆਂ ਦਾ ਇੱਕ ਹੋਰ ਰਿਵਾਜ ਹੁੰਦਾ ਸੀ ਬਹੁਤੇ ਭਰਾ ਆਪਦੀਆਂ ਭੈਣਾਂ ਦੇ ਸਹੁਰਿਆਂ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਹੁੰਦੇ ਸੀ ਜਾਨੀ ਰਾਤ ਰਹਿਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਬਸ ਸੰਧਾਰਾ ਦੇ ਕੇ ਹਾਲਚਲ ਪੁੱਛ ਕੇ ਫੇਰ ਸਾਈਕਲ ਦਾ ਪੈਡਲ ਮਾਰ ਕੇ ਪਿੰਡ ਨੂੰ ਵਾਪਸੀ ਜਾਨੀ ਭੈਣਾ ਤੇ ਭਾਈਆਂ ਦੀ ਇੱਕ ਦੂਜੇ ਲਈ ਖਿੱਚ ਦਾ ਕਾਰਨ ਇਹ ਵੀ ਹੁੰਦਾ ਸੀ ਕਿ ਵਿਆਹਾਂ ਤੋਂ ਬਾਅਦ ਪੈਣਾਂ ਨੂੰ ਜਿਆਦਾ ਖੁੱਲ ਕੇ ਸਮਾਂ ਹੀ ਨਹੀਂ ਮਿਲਦਾ ਸੀ ਆਪਦੇ ਭਾਈ ਨਾਲ ਗੱਲਾਂ ਕਰਨ ਦਾ ਜਾਂ ਹਾਸਾ ਖੇਡਾ ਕਰਨ ਦਾ ਪਰ ਪਿਆਰ ਅੱਜਕੱਲ ਦੇ ਭੈਣਾਂ ਭਾਈਆਂ ਤੋਂ ਵੀ ਵੱਧ ਹੁੰਦਾ ਸੀ ਅੱਜਕੱਲ ਤਾਂ ਹੁਣ ਸੁਧਾਰੇ ਕੌਣ ਦਿੰਦਾ ਬਸ ਉਹੀ ਗੱਲਾਂ ਬਾਤਾਂ ਜੀ ਸੁਧਾਰਾ ਰਹਿ ਗਿਆ ਨਾ ਤਾਂ ਕੋਈ ਬਿਸਕਟ ਖਾ ਕੇ ਰਾਜੀ ਆ ਨਾ ਹੀ ਗਰਮੀ 'ਚ ਕੋਈ ਬਿਸਕਟ ਕਢਾ ਕੇ ਕਈ ਮੇਰੇ ਅਗੇ ਲੱਡੂਆਂ ਦਾ ਡੱਬਾ ਭੇਜ ਦਿੰਦੇ ਆ ਫਿਰ ਕੁੜੀ ਦੀ ਸੱਸ ਮਿਹਣੇ ਮਾਰਦੀ ਆ ਕਿ ਤੇਰੇ ਪੇਕੇ ਮੈਨੂੰ ਮਾਰਨਾ ਚਾਹੁੰਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਮੈਨੂੰ ਤਾਂ ਸ਼ੂਗਰ ਆ ਤੇ ਜਾਣ ਕੇ ਉਹਨਾਂ ਨੇ ਲੱਡੂ ਭੇਜਿਆ ਬਈ ਸੱਸ ਖਾਵੇ ਤੇ ਫੜਕੇ ਤੇ ਸਾਡੀ ਕੁੜੀ ਦੀ ਜਾਨ ਛੁੱਟੇ ਪਰ ਮੈਨੂੰ ਨਹੀਂ ਉਹ ਜਾਣਦੇ ਮੈਂ ਵੀ ਪਟਵਾਰੀਆਂ ਦੀ ਧੀ ਆ ਐਦਾਂ ਨਹੀਂ ਮਰਦੀ ਚਾਰ ਨੂੰ ਨਾਲ ਲੈ ਕੇ ਮਰੂੰ ਉੱਤੋਂ ਟੈਕਨੋਲੋਜੀ ਨੇ ਜਾਨੀ ਫੋਨਾਂ ਨੇ ਸੰਧਾਰੇ ਦਾ ਸਵਾਦ ਹੀ ਖਰਾਬ ਕਰਤਾ ਕਈ ਤਾਂ ਵਟਸਐਪ ਤੇ ਹੀ ਬਰਫੀ ਦੀ ਸੂਟ ਦੀ ਫੋਟੋ ਭੇਜ ਦਿੰਦੇ ਆ ਤੇ 5-7000 ਰੁਪਇਆ ਭੇਂਟ ਦੇ ਬੈਂਕ ਅਕਾਊਂਟ ਚ ਪਾ ਦਿੰਦੇ ਆ ਤੇ ਕਹਿੰਦੇ ਆ ਵੀ ਆਪ ਹੀ ਆਪਦੀ ਪਸੰਦ ਦਾ ਸੂਟ ਲੈ ਲੀ ਹੋ ਸਕਦਾ ਇਹ ਤਰੀਕਾ ਸੌਖਾ ਹੋਵੇ ਪਰ ਕਿਉਂਕਿ ਅਸੀਂ ਥੋੜੇ ਜਿਹਾ ਪੁਰਾਣੇ ਆ ਇਸੇ ਕਰਕੇ ਸਾਨੂੰ ਤਾਂ ਸਾਡਾ ਜ਼ਮਾਨਾ ਹੀ ਯਾਦ ਆਉਂਦਾ ਤੇ ਉਹੀ ਸੁੰਧਾਰੇ ਦੇਣ ਦਾ ਤਰੀਕਾ ਵਧੀਆ ਤੇ ਅਸਲੀ ਲੱਗਦਾ ਬਾਕੀ ਤੁਹਾਡੀ ਕੀ ਰਾਏ ਆ ਇਹਦੇ ਬਾਰੇ ਕਿ ਸੁੰਧਾਰਾ ਦੇਣ ਦਾ ਤਰੀਕਾ ਪੁਰਾਣਾ ਵਧੀਆ ਜਾਂ ਨਵਾਂ ਜਰੂਰ ਕਮੈਂਟ ਕਰਕੇ ਦੱਸਿਓ ਜਿਉਂਦੇ ਰਹੋ ਤੇ ਸਾਡੀਆਂ ਭੈਣਾਂ ਸਦਾ ਹੀ ਆਪਦੇ ਸਹੁਰੇ ਘਰ ਵਸਦੀਆਂ ਰਹਿਣ ਰੱਬ ਰੱਖਾ ਜੀ